biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. मैं डॉक्टर बजाज तुहाडे लई लेके आ रहा हाँ योर हेल्थ. मैं वादा करता हूँ कि योर हेल्थ शो में मैं सच कहूंगा और सच के सिवा कुछ नहीं कहूंगा. ਮੈਂ ਬਲਬੀਰ ਸੋਈ, ਰਜਿਸਟਰਡ ਡੈਂਟਲ ਹਾਈਜੈਨਿਸਟ, ਯੋਰ ਹੈਲਥ ਸ਼ੋਅ ਵਿੱਚ ਡਾਕਟਰ ਬਜਾਜ ਦਾ ਸਾਥ ਦਿਆਂਗੀ. ਸੱਚ ਜੋ ਆਪਕੀ ਸਿਹਤ ਕੋ ਬਰਕਰਾਰ ਰੱਖੇ. ਮੈਂ ਗਗਨ, ਰਜਿਸਟਰਡ ਨਰਸ, ਅਮਨ, ਰਜਿਸਟਰਡ ਡਾਇਟੀਸ਼ੀਅਨ, ਰਚਨਾ, ਰਜਿਸਟਰਡ ਨਰਸ, ਯੋਰ ਹੈਲਥ ਟੀਵੀ ਸ਼ੋਅ ਦੇ ਵਿੱਚ ਤੁਹਾਡੀਆਂ ਸਿਹਤ ਅਤੇ ਖੁਰਾਕ ਸੰਬੰਧੀ ਗਲਤਫਹਿਮੀਆਂ ਨੂੰ ਦੂਰ ਕਰਾਂਗੇ. ਡੋਨਟ ਮਿਸ ਯੋਰ ਹੈਲਥ ਓਨਲੀ ਔਨ ਚੈਨਲ Y. ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ. ਮੈਂ ਡਾਕਟਰ ਹਰਪ੍ਰੀਤ ਸਿੰਘ ਬਜਾਜ, ਜੋ ਕਿ ਸਟੋਪ ਡਾਇਬੀਟੀਜ਼ ਫਾਊਂਡੇਸ਼ਨ ਦਾ ਫਾਊਂਡਰ ਹੈਗਾ. ਇੱਕ ਹੋਰ ਵਾਰੀ ਯੋਰ ਹੈਲਥ ਸ਼ੋਅ ਪੇਸ਼ ਕਰ ਰਿਹਾ ਜੀ ਤੁਹਾਡੇ ਸਾਹਮਣੇ. ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸੁਪਰਨਾ ਕੋਹਲੀ ਦੇ ਨਾਲ, ਜੋ ਮੇਰੇ ਨਾਲ ਹੈਗੇ ਨੇ. ਥੈਂਕ ਯੂ ਡਾਕਟਰ ਕੋਹਲੀ, ਤੁਸੀਂ ਸਾਡੇ ਨਾਲ ਕੀਮਤੀ ਆਪਣਾ ਵਕਤ ਕੱਢ ਕੇ ਲੈ ਕੇ ਆਏ ਹੋਏ ਹੋ. ਡਾਕਟਰ ਸੁਪਰਨਾ ਕੋਹਲੀ ਨੂੰ ਮੈਂ ਇੰਟਰੋਡਿਊਸ ਕਰਾਵਾਂਗਾ, ਫਿਰ ਆਪਾਂ ਗੱਲ ਕਰਾਂਗੇ. ਡਾਕਟਰ ਕੋਹਲੀ ਜਿਹੜੇ ਹੈਗੇ ਨੇ ਦਿੱਲੀ ਤੋਂ ਹੈਗੇ ਨੇ, ਸੋ ਲੇਡੀ ਹਾਰਡਨ ਮੈਡੀਕਲ ਕਾਲਜ ਤੋਂ ਹੈਗੇ ਨੇ. ਮੈਂ ਵੀ ਦਿੱਲੀ ਤੋਂ ਹੈਗਾ, ਮੈਂ ਵੀ ਦਿੱਲੀ ਤੋਂ ਮੈਡੀਕਲ ਸਕੂਲ ਕੀਤਾ ਸੀਗਾ. ਉਸ ਤੋਂ ਬਾਅਦ ਨਿਊਯਾਰਕ ਵਿੱਚ ਇਹਨਾਂ ਨੇ ਆਪਣੀ ਰੈਜ਼ੀਡੈਂਸੀ ਕੀਤੀ, ਅਤੇ ਇਲੀਨੋਏ ਜਿਹੜਾ ਹੈਗਾ ਅਮੈਰੀਕਾ ਵਿੱਚ ਹੈਗਾ, ਉੱਥੇ ਉਹਨਾਂ ਨੇ ਹੋਰ ਅੱਗੇ ਜਾ ਕੇ ਪ੍ਰੈਕਟਿਸ ਕੀਤੀ, ਐਕਸਪੀਰੀਅੰਸ ਲਿਆ, ਅਤੇ ਫਿਰ ਹੁਣ ਇਟੋਬਿਕੋ ਵਿੱਚ ਆਪਣੇ ਹਸਬੈਂਡ ਦੇ ਨਾਲ ਇਹਨਾਂ ਦੀ ਕਲੀਨਿਕ ਹੈਗੀ ਹੈ, ਫੈਮਿਲੀ ਡਾਕਟਰ ਹੈਗੇ ਨੇ. ਸੋ ਵੈਲਕਮ ਟੂ ਦ ਸ਼ੋ ਡਾਕਟਰ ਕੋਹਲੀ. ਥੈਂਕ ਯੂ ਹਰਪ੍ਰੀਤ, ਥੈਂਕ ਯੂ ਫੋਰ ਹੈਵਿੰਗ ਮੀ ਔਨ ਦ ਸ਼ੋਅ. ਪਹਿਲਾਂ ਤਾਂ ਮੈਂ ਤੁਹਾਨੂੰ ਸ਼ੁਕਰੀਆ ਕਰਨਾ ਚਾਹਾਂਗੀ. ਇਟਸ ਗੁੱਡ ਤੁਸੀਂ ਇੰਨਾ ਵੱਡਾ ਕੋਸ ਕਰ ਰਹੇ ਹੋ ਸਾਡੀ ਕਮਿਊਨਿਟੀ ਵਾਸਤੇ. ਇਟਸ ਵੈਰੀ ਗੁੱਡ, ਕਿਉਂਕਿ ਕਾਫੀ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਹੈ ਬੇਸਿਕ ਨੌਲੇਜ ਵਾਸਤੇ. ਸੋ ਇਸ ਸ਼ੋਅ ਨਾਲ ਐਟਲੀਸਟ ਵੀ ਗੈਟ ਦਮ ਅਕੁਇੰਟਿਡ, ਕਿ ਉਹਨਾਂ ਨੂੰ ਪਤਾ ਚੱਲੇ ਕਿ ਕੀ ਕਾਮਨ ਸਿਮਟਮਸ ਹੁੰਦੇ ਹੈ, ਕਿਸ ਤਰੀਕੇ ਨਾਲ ਉਹਦਾ ਟ੍ਰੀਟਮੈਂਟ ਕਰਿਆ ਜਾ ਸਕਦਾ, ਐਂਡ ਹਾਊ ਟੂ ਐਟਲੀਸਟ ਟੇਕ ਮੈਡੀਕਲ ਹੈਲਪ ਕਦੋਂ ਲੈਣੀ ਚਾਹੀਦੀ ਹੈ. ਸੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਆਇਰਨ ਡੈਫੀਸ਼ੀਐਂਸੀ ਅਨੀਮੀਆ. ਪਹਿਲਾਂ ਤਾਂ ਮੈਂ ਸ਼ੁਰੂ ਕਰਨਾ. ਸੋ ਇਹੀ ਕੋਸ਼ਿਸ਼ ਹੈਗੀ ਹੈ ਜੀ, ਅਲੱਗ ਅਲੱਗ ਟੋਪਿਕ ਜਿਹੜੇ ਹੈਗੇ ਨੇ ਤੁਹਾਡੇ ਸਾਹਮਣੇ ਲਿਆਏ ਜਾਣ. ਤੋ ਅੱਜ ਹਮ ਬਾਤ ਕਰਾਂਗੇ ਆਇਰਨ ਡੈਫੀਸ਼ੀਐਂਸੀ ਅਨੀਮੀਆ, ਯਾਨੀ ਕਿ ਜਦੋਂ ਬਲੱਡ ਦੀ ਮਾਤਰਾ ਜਿਹੜੀ ਹੁੰਦੀ ਹੈ ਉਹ ਘੱਟ ਹੋ ਜਾਂਦੀ ਹੈਗੀ ਹੈ, ਕਮ ਹੋ ਜਾਂਦੀ ਹੈ, ਤੋ ਉਸਕੀ ਬਾਤ ਕਰਾਂਗੇ. ਅਨੀਮੀਆ ਪਹਿਲੇ ਤੋਂ ਡੈਫੀਨੇਸ਼ਨ ਜੋ ਹੋਤੀ ਹੈ ਜੀ ਡਾਕਟਰ ਕੋਹਲੀ, ਅਨੀਮੀਆ ਕੋ ਕੈਸੇ ਡਿਫਾਈਨ ਕਰਤੇ ਹੈ? ਸਿੰਪਲ ਸ਼ਬਦੋਂ ਮੈਂ ਬੋਲੂੰ ਤੋ ਅਨੀਮੀਆ ਬੇਸਿਕਲੀ ਹਮਾਰੇ ਸਰੀਰ ਮੇਂ ਖੂਨ ਕੀ ਕਮੀ ਹੋਣਾ. ਰਾਈਟ, ਸਰੀਰ ਮੇਂ ਖੂਨ ਹੋਣਾ ਜ਼ਰੂਰੀ ਹੈ, ਕਿਉਂਕਿ ਖੂਨ ਕੇ ਜ਼ਰੀਏ ਆਕਸੀਜਨ ਬਾਡੀ ਮੇਂ ਪਹੁੰਚਤਾ ਹੈ, ਔਰ ਹਰ ਚੀਜ਼ ਕੋ ਕੈਰੀ ਆਊਟ ਕਰਨੇ ਕੇ ਲੀਏ ਆਕਸੀਜਨ ਚਾਹੀਏ ਹੋਤਾ ਹੈ. ਤੇ ਜਦ ਆਪਕੀ ਬਾਡੀ ਮੇਂ ਆਇਰਨ ਕੀ ਕਮੀ ਹੋਤੀ ਹੈ, ਆਇਰਨ ਇੱਕ ਪਦਾਰਥ ਹੋਤਾ ਹੈ ਜਿਸਸੇ ਖੂਨ ਬਣਤਾ ਹੈ, ਤੋ ਵਨ ਆਫ ਦ ਕਾਜ਼ਸ ਇਜ਼ ਕਿ ਜਬ ਬਾਡੀ ਮੇਂ ਆਇਰਨ ਕੀ ਕਮੀ ਹੋਤੀ ਹੈ ਉਹਦੇ ਨਾਲ ਖੂਨ ਕਮ ਬਣਤਾ ਹੈ, ਕਮ ਬਣਨੇ ਕੇ ਕਾਰਨ ਇਨਸਾਨ ਕੋ ਵੀਕਨੈਸ ਫੀਲ ਹੋਣੀ ਸ਼ੁਰੂ ਹੋਤੀ ਹੈ, ਜੋ ਕਿ ਸਭ ਤੋਂ ਕਾਮਨ ਸਿਮਟਮ ਹੋਤਾ ਹੈ. ਅਪਾਰਟ ਫਰੋਮ ਆਇਰਨ ਔਰ ਵੀ ਕਾਜ਼ਸ ਹੋਤੇ ਹੈ ਜਿਸਕੇ ਸਾਥ ਖੂਨ ਕੀ ਕਮੀ ਹੋ ਸਕਤੀ ਹੈ. ਤੋ ਹੀਮੋਗਲੋਬਿਨ ਜੋ ਹੋਤਾ ਹੈ, ਹਾਂਜੀ, ਵੋ ਬਲੱਡ ਮੇਂ ਹੋਤਾ ਹੈ ਜੋ ਕਿ ਆਕਸੀਜਨ, ਜੈਸੇ ਆਪਨੇ ਕਿਹਾ, ਕੈਰੀ ਕਰਤਾ ਹੈ, ਵੋ ਕੈਰੀ ਕਰਤਾ ਹੈ, ਔਰ ਬਾਡੀ ਕੋ ਆਕਸੀਜਨ ਤੋ ਜ਼ਰੂਰੀ ਹੈ, ਉਸਕੇ ਬਿਨਾ ਤੋ ਬਾਡੀ ਕਾਮ ਨਹੀਂ ਕਰ ਸਕਤੀ ਹੈ. ਤੋ ਹੀਮੋਗਲੋਬਿਨ ਜੋ ਹੋਤਾ ਹੈ ਉਸਮੇਂ ਆਇਰਨ ਜੋ ਹੈ, ਆਇਰਨ ਜੋ ਕਿ ਇੱਕ ਮਿਨਰਲ ਹੈ, ਉਹ ਜ਼ਰੂਰੀ ਇੱਕ ਤਰ੍ਹਾਂ ਸੇ ਕੈਮੀਕਲ ਹੈ ਉਹ ਹੀਮੋਗਲੋਬਿਨ ਕੋ ਬਣਾਨੇ ਕੇ ਲੀਏ. ਤੋ ਉਹ ਹੀਮੋਗਲੋਬਿਨ ਕਮ ਹੋ ਜਾਤਾ ਹੈ ਤੋ ਹਮ ਅਨੀਮੀਆ ਕਹਤੇ ਹੈ. ਯੇ ਸਹੀ ਡੈਫੀਨੇਸ਼ਨ ਹੈ ਜੀ? ਐਗਜ਼ੈਕਟਲੀ. ਤੋ ਕਿਤਨਾ ਕਮ ਉਸਕੀ ਕੁਆਂਟਿਟੀ ਜੋ ਹੈ, ਹਮ ਅਲੱਗ ਅਲੱਗ ਯੂਨਿਟਸ ਵੀ ਯੂਜ਼ ਕਰਤੇ ਹੈ, ਕੈਨੇਡਾ ਮੇਂ ਅਲੱਗ ਯੂਨਿਟਸ ਹੋਤੇ ਹੈ, ਇੰਡੀਆ ਯਾ ਅਮੈਰੀਕਾ ਮੇਂ ਅਲੱਗ ਯੂਨਿਟਸ ਹੋਤੇ ਹੈ. ਤੋ ਕਿਤਨੇ ਯੂਨਿਟਸ ਪੇ ਹਮ ਅਨੀਮੀਆ ਕਹਤੇ ਹੈ? ਆਮ ਤੌਰ ਪਰ ਫੀਮੇਲਸ ਮੇਂ 12 ਸੇ 15 ਗ੍ਰਾਮ ਤੱਕ ਹੀਮੋਗਲੋਬਿਨ ਹੋਣਾ ਚਾਹੀਏ, ਜੋ ਕਿ ਇੰਡੀਅਨ ਯੂਨਿਟਸ ਕੇ ਹਿਸਾਬ ਸੇ ਕਹਿ ਰਹੀ ਹੂੰ. ਯਹਾਂ ਪੇ ਉਸਕੋ ਮਿਲੀਗ੍ਰਾਮਸ ਮੇਂ ਕਹਾ ਜਾਤਾ ਹੈ, ਤੋ 120 ਸੇ 150 ਤੱਕ ਹੋਣਾ ਚਾਹੀਏ. ਮੇਲਸ ਮੇਂ ਯੂਸ਼ਲੀ ਹੀਮੋਗਲੋਬਿਨ ਥੋੜਾ ਸਾ ਜ਼ਿਆਦਾ ਹੋਤਾ ਹੈ, ਤੋ ਵੋ 13.5 ਸੇ ਲੇ ਕੇ 17.5 ਤੱਕ ਹੋਣਾ ਚਾਹੀਏ. ਤੋ ਜਬੀ ਵੀ ਇਸਸੇ ਕਮ ਹੋਣਾ ਸ਼ੁਰੂ ਹੋ ਜਾਤਾ ਹੈ, ਤੋ ਉਸਕੋ ਹਮ ਖੂਨ ਕੀ ਕਮੀ, ਜੋ ਕਿ ਅਨੀਮੀਆ ਕਹਤੇ ਹੈ. ਅਬ ਅਨੀਮੀਆ ਡਿਫਰੈਂਟ ਤਰੀਕੇ ਸੇ ਹੋ ਸਕਤਾ ਹੈ, ਜਿਸਕੋ ਹਮ ਮਾਈਲਡ, ਮੋਡਰੇਟ, ਸਿਵੀਅਰ ਕਹਤੇ ਹੈ.
तो आम तौर पर जब माइल्ड खून की कमी होती है, जिसको कम मात्रा में खून की कमी कहते हैं, तो आपको कुछ अलग फील नहीं होता. मे बी हल्की बहुत कमज़ोरी फील होती है, बट इतना नोटिसेबल नहीं होता कि आप जाके फील करें कि कुछ गलत है, कि मैं ट्रीटमेंट लूँ. एट द सेम टाइम जब आपके शरीर में आयरन धीरे 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 कम होने लगता है, तो बेसिकली जैसा कॉमन टर्म्स में मैं अपने पेशेंट्स को एक्सप्लेन करती हूँ, जब आप खाना बनाने वाले हैं तो उसके लिए आपको डिफरेंट इंग्रेडिएंट्स चाहिए. ऐसे ही खून बनाने के लिए बॉडी को डिफरेंट इंग्रेडिएंट्स चाहिए, जिसमें से एक कॉमन चीज़ है आयरन. तो जब आयरन की कमी हुई, तो जब आयरन नहीं होगा तो खाना नहीं बनेगा, विच मीन्स ब्लड नहीं प्रोड्यूस होगा शरीर में. तो धीरे 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 शुरू में तो बॉडी किसी तरह कोऑपरेट करती है, पर धीरे धीरे वो खून बनना कम होना शुरू होता है, जिससे कि आपके सिम्टम्स और उभर के आने लगते हैं. मतलब जब हल्का सा कम होता है तो ज़्यादा सिम्टम नहीं होते हैं, पर जब ज़्यादा कम हो जाता है, अनीमिया जब बढ़ जाता है, हीमोग्लोबिन की जो क्वांटिटी होती है, मात्रा होती है, कम और ज़्यादा हो जाती है, तब कुछ सिम्टम यानी कि लक्षण जो है सामने आते हैं. तो क्या क्या लक्षण होते हैं डॉक्टर कोहली? आम तौर पर जब खून की कमी होती है तो आप थकान जल्दी महसूस करते हैं. जैसे मान लीजिए आप और मैं बैठे हैं, तो आप देखेंगे जो काम आप कर सकते हैं, अगर मेरे अंदर खून की कमी होगी उतना मैं नहीं कर पाऊंगी. मुझे सांस जल्दी चढ़ने लग जाएगा. कितने लोगों को पाँव में दर्द, क्रैम्प्स आने शुरू हो जाते हैं. कितनी बार इरिटेबिलिटी हो जाती है. बच्चों में अक्सर देखते हैं कि एपेटाइट कम हो जाता है जिनको खून की कमी होती है. कितनी बार नेल्स की शेप चेंज हो जाती है, जैसे स्पून के तरीके से नेल्स हो जाते हैं. बाल गिरने लगते हैं. काफ़ी फीमेल्स में ये प्रॉब्लम होती है, जब बाल गिरने से मेरे पास आती हैं, हम चेक करते हैं, पता चलता है कि आयरन की कमी है. तो ये कॉमन सिम्टम्स होते हैं जिससे पता चलता है. बहुत एक तरह से नॉन स्पेसिफिक सिम्टम्स हैं, कि ऐसे नहीं कि खून की कमी से एक स्पेसिफिक सिम्टम होएगा तो हमें पता लग जाएगा. बहुत एक तरह से नॉन स्पेसिफिक सिम्टम है कि थकावट होना, सांस फूलना या फिर पैरों में क्रैम्प्स पड़ना. सो बहुत नॉन स्पेसिफिक सिम्टम्स है. और हम जब एग्जामिन करते हैं तो मेरे ख्याल से आंखों की पुतलियों में देखते हैं, देखने के लिए कि खून कमी हो सकती है कि नहीं. जी, ऐसा जो बंदा होता है जब आपके पास क्लिनिक में आता है, देखेंगे वो पेल होता है, जैसे हम कहते हैं कि शरीर की लाली खत्म हो गई है. जी, एक कॉल आ रही है, कॉल ले लेते हैं. हेलो जी, नमस्कार, सलाम, सत श्री अकाल, कौन बोल रहे जी? जी, मेरा नाम लुबना है और मैंने डॉक्टर साहब से एक बात पूछनी है. जरूर जी, लुबना जी बताइए. मुझे भी डॉक्टर ने कहा कि मैं एनीमिक हूं, ब्लड की कमी है, लेकिन जब भी उन्होंने मुझे दी है 300 mg के कैप्सूल है खाने के लिए, लेकिन उसके साथ इस कदर डायरिया होता है कि मैं उठने के काबिल ही नहीं रहती. जी लुबना जी, बहुत अच्छा सवाल है और हम इस पे जरूर चर्चा करेंगे. आप कहाँ से बोल रहे हैं लुबना जी? जी, मैं स्कारब्रो. स्कारब्रो, थैंक यू फॉर वॉचिंग. आप वॉच करते रहें, हम इस पे जरूर आंसर आपका इस टीवी शो के जरिए जरूर देंगे. तो हम बात करते हैं कि सिम्टम्स जो है, हम बात कर रहे थे, और जो आंखों की पुतलियों में हम देखते हैं कि मे बी पेल हो जाती है या फिर फेस जो है पेल लगने लग जाता है, पीलापन आ जाता है. हाँ जी, तो और क्या क्या हम देखते हैं जब एग्जामिन करते हैं? तो जैसे जब आप हमारे पास आएंगे, सबसे स्टार्टिंग से हेड टू टो अगर मैं बोलूँ, तो हम यही देखते हैं कि आँखों में उनका पेलनेस दिखती है, येलोपन जिसे कहते हैं. नेल्स हम देखते हैं, हम स्किन देखते हैं, उनकी स्किन थोड़ी सी ड्राई होती है. जैसा मैंने कहा, बाल गिरने लगते हैं, तो कितनी बार वो अपने आप से आपको बोलेंगी बाल सूखे से टूटने वाले, इजी वाले हो जाते हैं, वैसे होता है. ब्लड प्रेशर में इतना फ़र्क नहीं पड़ता, कभी कभार कम हो सकता है ब्लड प्रेशर, अगर जनरल हीमोग्लोबिन नहीं बाकी खून की कमी हो जाए, बट मेन इसका डायग्नोसिस तो ब्लड के थ्रू पता चलता है. जी, तो हमने सीखा कि एनीमिया होता क्या है अभी तक, और जो अनीमिया के सिम्टम या लक्षण होते हैं वो क्या होते हैं. अब बात करते हैं, जैसे लुबना जी का क्वेश्चन भी था कि हम उसे ट्रीट कैसे करते हैं. लेट्स टॉक अबाउट आयरन डेफिशिएंसी एनीमिया, क्योंकि और भी बहुत तरह के अनीमिया होते हैं, हीमोग्लोबिन की कमी और भी बहुत तरीके की हो सकती है, पर मेरे ख्याल से आयरन डेफिशिएंसी एनीमिया जो है वो काफ़ी ज़्यादा कॉमन है. आप मानते हैं जी? 1/3 कॉमन लाइक कॉजेज में आयरन ही पाया जाता है जिससे खून की कमी होती है. और इस चीज़ पर एक्चुअली मैं सच्ची में स्ट्रेस करना चाहूँगी, क्योंकि डायग्नोसिस तो ईजी है, बट अक्सर होता क्या है कि हम मरीज़ को बता देते हैं कि आपके अंदर आयरन की कमी है, बट जैसे लुबना जी ने कहा कि उनको इस कदर डायरिया हुआ कि वो टैबलेट नहीं ले सकती, तो हमने प्रिस्क्रिप्शन लिख के दे दिया, बट जब हम जाते हैं या तो पेशेंट थोड़े टाइम के लिए लेता है, या ठीक तरीके से नहीं लेता, या बिना फॉलोअप के वो ट्रीटमेंट लेना छोड़ देते हैं, तो इंस्पाइट ऑफ थेरेपी वो लेवल उतना नहीं पहुँच पाता जहाँ हम उसे देखना चाहते हैं. तो आयरन हम यूजली टैबलेट्स के फॉर्म में देते हैं. बहुत सारे तरीके की टैबलेट्स अवेलेबल हैं आजकल, हर पेशेंट के लिए हर तरीके की टैबलेट अलग अवेलेबल होती है. इन द सेंस, जैसे इनको इन्होंने कहा 300 mg की टैबलेट ली है, उससे डायरिया हुआ,
ऐसा नहीं है कि और कोई टैबलेट नहीं ले सकती. आई थिंक वो इनको क्या करना है, इनको अपने डॉक्टर के पास जाना है ताकि वो डिफरेंट टाइप ऑफ आयरन प्रिस्क्राइब कर सकें, एंड देन उसके ऊपर डिपेंडिंग इनको क्या साइड इफेक्ट है वो डिसाइड कर सकते हैं कौन सी इनको टॉलरेट होएगी. मतलब कि अलग अलग आयरन की गोलियाँ हैं लुबना जी, तो आप अपने डॉक्टर के पास जाइए, आप अपने फैमिली डॉक्टर के पास जाइए जिन्होंने प्रिस्क्राइब करी है, तो आपको अलग तरह की मे बी अलग डोज में अलग कॉम्पोजिशन में कैप्सूल टैबलेट अलग तरह से दे सकते हैं ताकि आपको सूट कर जाए और आपको जो जो उसके साइड इफ़ेक्ट एक तरह से हो रहे हैं वो ना हो. लेकिन आयरन डेफिशिएंसी जो है उसको हम ट्रीट करना ज़रूरी है. अगर कोई भी टैबलेट ना सूट करे तो क्या इंजेक्शन की तरह भी आयरन दिया जा सकता है? इंजेक्शंस आईवी इंटरवीनस जो हम देते हैं वो भी अवेलेबल है, बट मैं कहूँगी कि वो वन ऑफ द लास्ट रिजॉर्ट्स होता है. पहले हम डिफरेंट टाइप्स ऑफ ओरल थेरेपी जो कि टैबलेट्स या लिक्विड के फॉर्म में ही ट्राई करते हैं. बट येस, जैसे कई पेशेंट होते हैं जो कि कोई तरीके की आयरन नहीं ले पाते तो उन केसेस में हम इंट्रावीनस आईवी आयरन देते हैं. और मे बी कितना सिवियर है, कितना ज़्यादा सिवियर है एनीमिया, उसके बेसिस पे भी हम डिसाइड करते हैं जी, उसके ऊपर भी डिपेंड करता है. अगर प्रेगनेंसी में किसी को बहुत सिवियर डेफिशिएंसी हो गई है तो उसमें हम आईवी आयरन देते हैं. कई बड़े उम्र के जो लोग होते हैं जिनके अंदर मान लीजिए हार्ट प्रॉब्लम है या कैंसर है या कोई और कारण है जिसकी वजह से उनमें हम लंबा टाइम वेट नहीं कर सकते, तो जल्दी रिस्पॉन्स के लिए हम इंट्रावीनसली ही देते हैं आयरन. और फिर इंट्रावीनसली ब्लड भी चढ़ाते हैं अगर ब्लड बहुत ही कम हो जाता है, वो भी लास्ट रिजॉर्ट होता है अगर बहुत कम हो जाता है. उसके लिए मैं ये कहना चाहूँगी, जैसा कि हमने डिसाइड किया कि 12 से 13 मेल्स और फीमेल्स में हीमोग्लोबिन नॉर्मल होता है, 10 से 12 में यूजली सिम्टम्स कुछ नहीं होते तो हम सिर्फ टैबलेट देते हैं. 8 से 10 तक हम मॉडरेट अनीमिया कहते हैं, उस पर हम पुश करते हैं पेशेंट को कि नहीं आप रेगुलर लीजिए या दिन में एक की जगह 2 या 3 टाइम लीजिए आयरन. एंड जब 8 से नीचे हो जाता है तब हम खून चढ़ाने के लिए पेशेंट्स को बोलते हैं, जो कि हॉस्पिटल्स में ही हो सकता है. जी, एक और कॉल लेते हैं जी. श्योर. हाँ जी, आपका स्वागत है जी योर हेल्थ शो में, कौन बोल रहे हैं? हाँ जी, सत श्रीकाल जी. प्लीज मनोना अपना क्लिनिक का फोन नंबर दीजिए. नहीं जी, मैं अपना क्लिनिक का फोन नंबर नहीं दे सकता थे, पर थोड़ा थैंक यू तुसी कॉल कीती है गया. हाँ जी, तुसी मॉल्टन गुरु घर इस अगले संडे जड़ा हैगा, ए मैं चैरिटी करता है, वॉलंटियर करता है अपनी क्लिनिक, मैं एडवरटाइज नहीं करता. तुसी मॉल्टन गुरु घर इस वारी नगर कीर्तन होना संडे नू, उत्थे स्टॉप डायबिटीज़ का बूथ हैगा, तुसी जरूर जी आया नू उत्थे आके जरूर मिलो. स्टॉप डायबिटीज़ बूथ ते मैं भी होवांगा सवेरे 10 to 12 के करीब, जे आ सकूंगे तो उत्थे मिलांगे जी. थैंक यू जी. सो हम बात कर रहे थे कि ब्लड तब चढ़ाते हैं जब बहुत ज़्यादा सिवियर हो जाता है. तो आयरन डेफिशिएंसी एनीमिया जो है जनरली जब एज के हिसाब से अगर देखें या जेंडर के हिसाब से देखें कि मर्दों में और औरतों में क्यों होता है, तो ऐसे अलग अलग कारण होते हैं उसके जी. एक मेरे ख्याल से पहले और कॉल ले लेते हैं. हाँ जी, स्वागत है जी, कौन बोल रहे हैं? मैं रविंदर मथुर बोल रही हूँ जी. हाँ जी रविंदर जी, सत श्री अकाल. ਮੇਰੀ ਸਕਿਨ ਵੀ ਬਹੁਤ ਡਰਾਈ ਹੈ ਤੇ ਵਾਲ ਵੀ ਮੇਰੇ ਬਹੁਤ ਗਿਰਦੇ ਨੇ ਤੇ ਕੀ ਮੈਨੂੰ ਵੀ ਇਹੀ ਹੋਊ ਹੈ ਆਇਰਨ ਦੀ ਡੈਫੀਸ਼ੀਐਂਸੀ? जी जरूर जी, बहुत वधिया सवाल है कि यह जड़े सिम्टम हैगे ने, जड़े लक्षण हैगे ने, काफ़ी लोगों नूं हुंदे ने, ते एदा आयरन डेफिशिएंसी हो सकता है या होर कुछ हो सकता है? डॉक्टर कोहली, देखो जी जड़ा इन्होंने कहा फटीग एंड थकान जड़ी हुंदी है, इट्स अ ब्रॉड टॉपिक, बथेरे कॉजेज हो सकते हैं जिन्हां दे नाल हो सकता है. मेनली न्यूट्रिशनल डेफिशिएंसी जिन्हों असी कहांगे आयरन की कमी दे नाल हो सकता है, B12 की कमी दे नाल हो सकता है, इलेक्ट्रोलाइट्स की डेफिशिएंसी होए उदे नाल हो सकता है, वाइटमिन डी की डेफिशिएंसी होए जो कि कैनेडा च बहुत कॉमन है क्योंकि असी साडा सन एक्सपोजर कम है उदे कारण हो सकता है, तुहानू थायरॉयड की प्रॉब्लम होए विच आई एम श्योर तुहाडा टॉपिक है, बट या उदे कारण हो सकती है, एज दे नाल हो सकती है, डीकंडीशनिंग, सो इट्स अ ब्रॉड टॉपिक. शुगर दे नाल हो सकती है, ब्लड प्रेशर दे नाल हो सकती है, हार्ट दे नाल हो सकती है, किडनी दे नाल हो सकती है, मतलब बहुत ज़्यादा कारण हो सकते हैं यह सारियाँ चीज़ों के. पर एक मेन कारण जो होंगे एस्पेशली मेरे ख्याल जो मैनसुएटिंग विमेन जोड़े होंगे ने जिन्होंने पीरियड्स आते हैं उन्होंने, क्योंकि ब्लड लॉस होंगे तो वो करके मेरे ख्याल आयरन डेफिशेंसी काफ़ी कॉमन होंगी है. एग्जैक्टली, एज वाइज अगर मैं स्टार्ट करा से जोड़े भी बच्चे प्रीटम बॉर्न होंगे उन्होंने आयरन की कमी काफ़ी ज़्यादा देखी जाती है. जोड़े बच्चों का बर्थ वेट घट होंगे, आई मीन आल गो एज वाइज मैं तुम्हें एक्सप्लेन कराँगी, जोड़े बच्चों का बर्थ वेट नॉर्मल तो घट होंगे दैट डेफिनेटली आर मोर प्रोन टू हैव आयरन डेफिशियंसी,
ਉਸ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਅਸੀਂ ਆਇਰਨ ਫੋਰਟੀਫਾਈਡ ਮਿਲਕ ਜਿਹੜੇ ਅੱਜ ਕੱਲ੍ਹ ਮਿਲਕ ਪਾਊਡਰਸ ਅਵੇਲੇਬਲ ਹੁੰਦੇ ਆ ਉਹ ਨਹੀਂ ਮਿਲਦੇ ਉਹਨਾਂ ਦੇ 'ਚ ਕਾਫੀ ਕਾਮਨ ਹੁੰਦਾ ਆਇਰਨ ਦੀ ਕਮੀ ਪਰ ਅਸੀਂ ਫਿਰ ਵੀ ਸੁਜੈਸਟ ਕਰਦੇ ਹਾਂ ਕਿ ਮਦਰਸ ਮਿਲਕ ਇਜ਼ ਦਾ ਬੈਸਟ ਯੂ ਡੋਨਟ ਹੈਵ ਟੂ ਗੋ ਟੂ ਪਾਊਡਰ ਜ਼ਿਆਦਾ ਅੱਛਾ ਨਹੀਂ ਹੈਗਾ ਆਪਾਂ ਪਹਿਲਾਂ ਇਹਦੇ 'ਤੇ ਗੱਲ ਕਰ ਚੁੱਕੇ ਹੈਗੇ ਹਾਂ ਡਾਕਟਰ ਸੰਜੀਵ ਲੂਥਰਾ ਦੇ ਨਾਲ ਉਹਨਾਂ ਨੇ ਇਸੇ ਟੋਪਿਕ 'ਤੇ ਯੋਰ ਹੈਲਥ ਸ਼ੋਅ ਕੀਤਾ ਸੀਗਾ ਸੋ ਤੁਸੀਂ ਮੇ ਬੀ ਜੇ ਦੇਖਣਾ ਚਾਹੁੰਦੇ ਹੋ ਤਾਂ ਹਰ ਸਵੇਰੇ 8:30 ਯੋਰ ਹੈਲਥ ਸ਼ੋਅ ਆਉਂਦਾ ਹੈਗਾ ਪੁਰਾਣੇ ਵਾਲੇ ਐਪੀਸੋਡ ਵੀ ਸਾਰੇ ਆਉਂਦੇ ਨੇ ਸੋ ਆਈ ਐਮ ਸ਼ੋਰ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੈਗੇ ਇੱਕ ਹੋਰ ਕਾਲ ਲੈਂਦੇ ਹਾਂ ਜੀ ਹਾਂਜੀ ਸਵਾਗਤ ਹੈ ਜੀ ਯੋਰ ਹੈਲਥ ਸ਼ੋਅ ਵਿੱਚ ਕੌਣ ਬੋਲ ਰਿਹਾ ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਮੈਂ ਰੇਸ਼ਮ ਸਿੰਘ ਭੰਗਲ ਬੋਲ ਰਿਹਾ ਜੀ ਹਾਂਜੀ ਹਾਂਜੀ ਰੇਸ਼ਮ ਜੀ ਦੀ ਸਤਿ ਸ਼੍ਰੀ ਅਕਾਲ ਤੁਹਾਨੂੰ ਹੈਪੀ ਵੀਕਐਂਡ ਵੀਕਐਂਡ ਵਧੀਆ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਡਾਕਟਰ ਸਾਹਿਬ ਮੈਨੂੰ ਤੁਹਾਡੇ ਨਾਲ 7 ਹੋ ਗਏ ਆਉਂਦਿਆਂ ਨੂੰ ਮੈਂ ਤੁਹਾਡੇ ਨਾਲ ਇੰਨਾ ਖੁਸ਼ ਹੋਇਆ ਕਿ ਮੇਰਾ ਡਾਇਬੀਟੀ ਕਿੰਨਾ ਕੰਟਰੋਲ ਤੁਸੀਂ ਕਰ ਦਿੱਤਾ ਨਹੀਂ 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 ਤੁਸੀਂ ਆਪ ਹੀ ਕੀਤਾ ਜੀ ਤਾਂ ਥੈਂਕ ਯੂ ਤੁਹਾਡਾ ਤੁਸੀਂ ਆਪਣੇ ਆਪ ਬਹੁਤ ਕੰਟਰੋਲ ਰੱਖਿਆ ਹੋਇਆ ਤੁਹਾਡਾ ਕੋਈ ਸਵਾਲ ਹੈਗਾ ਅੱਜ ਦੇ ਟੋਪਿਕ ਬਾਰੇ ਡਾਕਟਰ ਕੋਹਲੀ ਦੇ ਨਾਲ ਰੇਸ਼ਮ ਸਿੰਘ ਜੀ ਹਾਂਜੀ ਇਹਨਾਂ ਨਾਲ ਇਹ ਆ ਕਿ ਮੈਂ B12 ਮੇਰਾ ਥੋੜ੍ਹਾ ਜਿਹਾ ਘੱਟ ਰਹਿੰਦਾ ਮੈਂ B12 ਦੀਆਂ ਗੋਲੀਆਂ ਖਾਂਦਾ ਇਹ ਇਹਨਾਂ ਨੂੰ ਮੈਂ ਪੁੱਛਣਾ ਮੰਗਦਾ ਵੀ ਮੈਨੂੰ ਕੀ ਕਰਨਾ ਚਾਹੀਦਾ ਹੋਰ ਜ਼ਰੂਰ ਜੀ ਬਹੁਤ ਹੀ ਵਧੀਆ ਸਵਾਲ ਹੈਗਾ ਅਤੇ ਆਪਾਂ TV 'ਤੇ ਇਹਦਾ ਆਨਸਰ ਜ਼ਰੂਰ ਸੁਣਨਾ ਹੈਗਾ ਐਂਡ ਥੈਂਕ ਯੂ ਤੁਸੀਂ ਕਾਲ ਕੀਤਾ ਹੈਗਾ ਸੋ ਆਇਰਨ ਦੀ ਆਪਾਂ ਗੱਲ ਕਰ ਰਹੇ ਸੀਗੇ ਪਰ ਹੋਰ ਵੀ ਬੜੇ ਸਾਰੇ ਕੌਜ਼ਿਜ਼ ਹੁੰਦੇ ਨੇ ਜਿਹਦੇ ਵਿੱਚ B12 ਜਿਹੜਾ ਹੁੰਦਾ ਕਾਫੀ ਕਾਮਨ ਹੁੰਦਾ ਮੇ ਬੀ ਉਹਦੇ 'ਤੇ 2 ਮਿੰਟ ਆਪਾਂ ਗੱਲ ਕਰੀਏ B12 ਵੀ ਕਾਫੀ ਕਾਮਨ ਕੌਜ਼ ਹੈ ਆਇਰਨ ਲਾਈਕ ਖੂਨ ਦੀ ਕਮੀ ਦੇ ਕਾਰਨ ਕਿਉਂਕਿ ਆਇਰਨ ਦੇ ਨਾਲ ਨਾਲ B12 ਵੀ ਚਾਹੀਦਾ ਹੁੰਦਾ ਬਲੱਡ ਬਣਾਉਣ ਵਾਸਤੇ ਅਤੇ ਨਾਲੇ ਜਿਹੜਾ B12 ਹੁੰਦਾ ਉਹ ਬੇਸਿਕਲੀ ਸਾਡੀ ਇੰਡੀਅਨ ਡਾਇਟ ਜਾਂ ਸਾਊਥ ਏਸ਼ੀਅਨ ਡਾਇਟ ਕਹਿ ਲਓ ਉਸ 'ਚ ਕੱਟ ਹੁੰਦਾ ਮੈਜੋਰਿਟੀ 'ਚ ਅਤੇ ਚਾਹੇ ਤੁਸੀਂ ਮੀਟ ਵੀ ਖਾਂਦੇ ਹੋ ਅਸੀਂ ਉਨਾ ਮੀਟ ਨਹੀਂ ਖਾਂਦੇ ਕਿ ਸਾਨੂੰ ਉਨਾ ਰਿਪਲੀਸ਼ਨ ਮਿਲੇ B12 ਦਾ ਸੇ ਰੂਟੀਨ ਬੇਸਿਸ 'ਤੇ ਅਸੀਂ ਦੇਖਿਆ ਗਿਆ ਕਿ ਜਦ ਅਸੀਂ ਚੈੱਕ ਕਰਦੇ ਹਾਂ ਤਾਂ B12 ਜਾਂ ਤਾਂ ਕੱਟ ਹੁੰਦਾ ਜਾਂ ਕੱਟ 'ਤੇ ਲਾਈਕ ਜਰਾ ਜਰਾ ਨੀਚੇ ਹੁੰਦਾ ਬਟ ਉੱਤੇ ਨਹੀਂ ਜਾਂਦਾ ਇੱਕ ਮਿੰਟ ਹੋਲਡ ਕਰ ਲਓ ਜੀ ਅਸੀਂ ਇਹ ਪੂਰਾ ਆਨਸਰ ਸੁਣ ਲੈਂਦੇ ਹੈਗੇ ਹਾਂ ਪਹਿਲਾਂ B12 ਜਿਹੜਾ ਹੁੰਦਾ ਉਹ ਆਪਣੇ ਵੈਜੀਟੇਰੀਅਨ ਡਾਇਟ ਵਿੱਚ ਬਹੁਤ ਘੱਟ ਹੁੰਦਾ ਅਤੇ ਮੀਟ ਜੇ ਖਾਂਦੇ ਵੀ ਹੈਗੇ ਹਾਂ ਤਾਂ ਅਸੀਂ ਕਦੇ ਕਦੇ ਖਾਂਦੇ ਹੈਗੇ ਹਾਂ ਤਾਂ B12 ਪੂਰਾ ਨਹੀਂ ਹੁੰਦਾ ਤਾਂ ਜ਼ਰੂਰੀ ਹੈਗਾ ਕਿ ਜੇ ਤੁਹਾਡਾ B12 ਘੱਟ ਹੈਗਾ ਤਾਂ ਅਸੀਂ ਸਪਲੀਮੈਂਟ ਜਿਹੜੇ ਹੁੰਦੇ ਨੂੰ ਲੈ ਸਕਦੇ ਹਾਂ ਅਤੇ ਉਹਦੇ ਨਾਲ ਡਾਇਰੀਆ ਜਾਂ ਕੌਨਸਟੀਪੇਸ਼ਨ ਨਹੀਂ ਹੁੰਦੀ B12 ਦੇ ਨਾਲ ਸੋ ਲੈਟਸ ਹੀਅਰ ਜਿਸ ਤਰ੍ਹਾਂ ਰੇਸ਼ਮ ਸਿੰਘ ਜੀ ਕਹਿ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਉਹ ਟੈਬਲੇਟ ਲੈਂਦੇ ਹਨ ਤਾਂ ਵੀ ਉੱਤੇ ਨਹੀਂ ਜਾ ਰਿਹਾ ਸੋ ਦੈਟ ਇਜ਼ ਸਮਥਿੰਗ ਇੰਪੋਰਟੈਂਟ ਕਿਉਂਕਿ ਹੁੰਦਾ ਕੀ ਹੈ ਅਬਾਊਟ 10-15% ਲੋਕਾਂ 'ਚ ਕੀ ਹੁੰਦਾ ਕਿ ਈਵਨ ਦੋ ਤੁਸੀਂ B12 ਇੰਨਾ ਫਲੈ ਰਹੇ ਹੋ ਤੁਹਾਡੀ ਬਾਡੀ ਐਬਜ਼ੋਰਬ ਨਹੀਂ ਕਰਦੀ ਅਤੇ ਉਹਨਾਂ ਲੋਕਾਂ 'ਚ ਦਾ ਓਨਲੀ ਆਪਸ਼ਨ ਇਜ਼ ਇੰਜੈਕਸ਼ਨ ਅਤੇ ਉਹਨਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਐਂਡ ਦੈਨ ਦੇ ਵੁੱਡ ਪ੍ਰੋਬੇਬਲੀ ਥਿੰਕ ਕਿ ਕਿੰਨਾ ਲੋ ਹੈ ਐਂਡ ਦੈਨ ਉਹਨਾਂ ਦਾ ਡਾਕਟਰ ਐਡਵਾਈਸ ਕਰ ਸਕਦੇ ਕਿੰਨਾ ਫ੍ਰੀਕੁਐਂਟਲੀ ਇੰਜੈਕਸ਼ਨ ਲੈਣਾ ਚਾਹੀਦਾ ਮਤਲਬ ਕਿ ਇੰਜੈਕਸ਼ਨ ਲੈਣਾ ਜ਼ਰੂਰੀ ਹੋ ਸਕਦਾ ਜੀ ਹਾਂਜੀ ਕੌਣ ਬੋਲ ਰਹੇ ਜੀ ਸੋਰੀ ਤੁਹਾਨੂੰ ਹੋਲਡ 'ਤੇ ਪਾ ਕੇ ਮੈਂ ਗੱਲ ਕਰਨ ਲੱਗ ਗਿਆ ਸੀਗਾ ਜਦੋਂ ਡਾਕਟਰ ਕੋਹਲੀ ਦੇ ਨਾਲ ਹੈਲੋ ਮੇਰਾ ਖਿਆਲ ਕਾਲ ਡਰੋਪ ਹੋ ਗਈ ਹੈਗੀ ਸੋ ਆਇਰਨ ਦੀ ਵੀ ਅਸੀਂ ਗੱਲ ਕਰੀਏ ਤਾਂ ਖਾਣੇ ਕਿਹੜੇ ਕਿਹੜੇ ਫੂਡ ਹੈਗੇ ਨੇ ਜਿਹਦੇ ਵਿੱਚ ਆਇਰਨ ਜ਼ਿਆਦਾ ਹੁੰਦਾ ਐਗਜੈਕਟਲੀ ਦੈਟਸ ਅ ਵੈਰੀ ਇੰਪੋਰਟੈਂਟ ਕੁਐਸਚਨ ਹਰਪ੍ਰੀਤ ਹੁੰਦਾ ਕੀ ਹੈ ਕਿ ਆਇਰਨ ਦੀ ਕਮੀ ਬੇਸਿਕਲੀ ਡਾਇਟਰੀ ਕਮੀ ਸਭ ਤੋਂ ਜ਼ਿਆਦਾ ਰਿਸਪੋਂਸੀਬਲ ਹੁੰਦਾ ਜਿਹਦੇ ਕਾਰਨ ਆਇਰਨ ਦੀ ਖੂਨ ਦੀ ਕਮੀ ਹੋ ਜਾਂਦੀ ਹੈ ਕਾਲ ਲੈ ਹੀ ਲੈਂਦੇ ਹਾਂ ਮੇਰੇ ਖਿਆਲ ਡਰੋਪ ਹੋ ਗਈ ਸੀਗੀ ਹਾਂਜੀ ਕੌਣ ਬੋਲ ਰਹੇ ਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛੀਆਂ ਗੱਲਾਂ ਦੱਸ ਰਹੇ ਆ ਡਾਕਟਰ ਹੋਣੀ ਮੈਂ ਇਹਨਾਂ ਦਾ ਫੋਨ ਲੈਣਾ ਚਾਹੁੰਦੀ ਆ ਥੈਂਕ ਯੂ ਜੀ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਗੁਰਬਖਸ਼ ਢਿੱਲੋਂ ਆ ਜੀ ਗੁਰਬਖਸ਼ ਢਿੱਲੋਂ ਹੈਗਾ ਜੀ ਸੋ ਡਾਕਟਰ ਕੋਹਲੀ ਤੁਸੀਂ ਫੋਨ ਦੇਣਾ ਚਾਹੋਗੇ ਆਪਣਾ ਕਿ ਨਹੀਂ ਦੇਣਾ ਚਾਹੋਗੇ ਆਈ ਲੀਵ ਇਟ ਅਪ ਟੂ ਯੂ ਨੋ ਆਈ ਥਿੰਕ ਮੈਂ ਦੇ ਨਹੀਂ ਸਕਦੀ ਹਾਂ ਈਵਨ ਦੋ ਮੈਂ ਚਾਹਾਂ ਬਟ ਡੈਫੀਨੇਟਲੀ ਤੁਸੀਂ ਮੈਨੂੰ ਕਦੀ ਵੀ ਕਲੀਨਿਕ ਆ ਕੇ ਦੇਖ ਸਕਦੇ ਹੋ ਅਗਰ ਚਾਹੁੰਦੇ ਹੋ ਮੈਂ ਇਟੋਬਿਕੋ ਰੈਕਸਟਲ ਏਰੀਆ 'ਚ ਬਹਿੰਦੀ ਹਾਂ ਐਂਡ ਉਹ ਸਰਚ ਕਰ ਸਕਦੇ ਮੈਨੂੰ ਐਂਡ ਦੈਨ ਆ ਕੇ ਮੇਰੇ ਨਾਲ ਡਿਸਕਸ ਕਰ ਸਕਦੇ ਨੇ ਠੀਕ ਹੈ ਜੀ ਹਾਂਜੀ ਥੈਂਕ ਯੂ ਜੀ ਹਾਂਜੀ ਕੌਣ ਬੋਲ ਰਹੇ ਜੀ ਸਵਾਗਤ ਹੈ ਜੀ ਆਈ ਥਿੰਕ ਉਹ ਕੱਟ ਗਿਆ ਹੈਗਾ ਸੋ ਅਸੀਂ ਆਇਰਨ ਦੀ ਗੱਲ ਕਰ ਰਹੇ ਸੀ ਖਾਣੇ ਜਿਹੜੇ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਆਇਰਨ ਮਿਲਦਾ ਹੈ ਗ੍ਰੀਨ ਲੀਫੀ ਵੈਜੀਟੇਬਲਸ ਜਿੱਦਾਂ ਪਾਲਕ ਹੋ ਗਈ ਮੇਥੀ ਹੋ ਗਏ ਬਥੂਆ ਸਪਿਨਚ ਇਹ ਸਾਰੇ ਲੋਕ ਹੋ ਗਏ ਹਰੀ ਸਬਜ਼ੀਆਂ ਬਰੋਕਲੀ ਹੋ ਗਈ ਉਹਨਾਂ 'ਚ ਆਇਰਨ ਕਾਫੀ ਹੁੰਦਾ ਹੈ ਨਾਲੇ ਨਟਸ ਬਦਾਮ ਉਸ 'ਚ ਕਾਫੀ ਆਇਰਨ ਹੁੰਦਾ ਹੈ ਉਹਦੇ ਇਲਾਵਾ ਜਿਹੜੀ ਦਾਲਾਂ ਹੋ ਗਈਆਂ ਬੀਨਸ ਹੋ ਗਈ ਉਹਨਾਂ 'ਚ ਆਇਰਨ ਕਾਫੀ ਹੁੰਦਾ ਹੈ ਲੈਗਿਊਮਸ ਅਸੀਂ ਉਹੀ ਦਾਲਾਂ ਕਹਿੰਦੇ ਹਾਂ ਸੋਇਆਬੀਨ 'ਚ ਕਾਫੀ ਆਇਰਨ ਹੁੰਦਾ ਹੈ ਟੋਫੂ 'ਚ ਕਾਫੀ ਆਇਰਨ ਹੁੰਦਾ ਹੈ ਆਇਰਨ ਫੋਰਟੀਫਾਈਡ ਮਿਲਕਸ ਮਿਲਦੇ ਹਾਂ ਉਹਨਾਂ 'ਚ ਆਇਰਨ ਹੁੰਦਾ ਹੈ ਆਇਰਨ ਫੋਰਟੀਫਾਈਡ ਸੀਰੀਅਲਸ ਹੁੰਦੇ ਹੈ ਉਹਨਾਂ 'ਚ ਆਇਰਨ ਰਿਲੇਟਿਵਲੀ ਨੋਰਮਲ ਤੋਂ ਜ਼ਿਆਦਾ ਹੁੰਦਾ ਹੈ ਇਹਦੇ ਇਲਾਵਾ ਨੋਨ ਵੈਜ 'ਚ ਆਇਰਨ ਸਭ ਤੋਂ ਜ਼ਿਆਦਾ ਹੁੰਦਾ ਹੈ ਜਿਹੜਾ ਕਿਡਨੀ ਲਿਵਰ ਹੁੰਦਾ ਹੈ ਚਿਕਨ ਜਾਂ ਮਟਨ ਦਾ ਉਸ 'ਚ ਆਇਰਨ ਦੀ ਕੁਆਂਟਿਟੀ ਕਾਫੀ ਜ਼ਿਆਦਾ ਹੁੰਦੀ ਹੈ ਪਰ ਉਹਦੇ 'ਚ ਕੋਲੇਸਟ੍ਰੋਲ ਜ਼ਿਆਦਾ ਹੁੰਦਾ ਹੈ ਤੇ ਇਸ ਲਈ ਅਸੀਂ ਕਹਿੰਦੇ ਹੈਗੇ ਆ ਕਿ ਜ਼ਿਆਦਾ ਨਾ ਖਾਓ ਪਰ ਹਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਸਭ ਤੋਂ ਵਧੀਆ ਨੇ ਜੀ ਪਾਲਕ
ਚੁਕੰਦਰ ਚੁਕੰਦਰ ਚ ਕਾਫੀ ਹੁੰਦਾ ਹੈ, ਅਨਾਰ ਚ ਕਾਫੀ ਹੁੰਦਾ ਹੈ। ਓਕੇ ਐਕਸਲੈਂਟ, ਇੱਕ ਹੋਰ ਕਾਲ ਲੈਂਦੇ ਹੈਗੇ ਜੀ। ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਹੈ? ਹੈਲੋ, ਡਰੋਪ ਹੋ ਗਈ ਮੇਰਾ ਖਿਆਲ ਤੇ। ਤੁਸੀਂ ਜੇ ਫੋਨ ਨੰਬਰ ਵਗੈਰਾ ਲੈਣਾ ਹੈਗਾ ਤੇ ਅਸੀਂ ਦੇ ਨਹੀਂ ਸਕਦੇ, ਅਸੀਂ ਤਾਂ ਸਿਰਫ ਤੁਹਾਡੀ ਜਾਣਕਾਰੀ ਵਾਸਤੇ ਇਹ ਪ੍ਰੋਗਰਾਮ ਰੱਖਿਆ ਹੋਇਆ। ਜੇ ਤੁਹਾਡਾ ਇਸ ਟੌਪਿਕ 'ਤੇ ਕੋਈ ਸਵਾਲ ਹੈਗਾ ਵੀ ਅਨੀਮੀਆ ਕਿਉਂ ਹੁੰਦਾ ਹੈ, ਤੁਹਾਨੂੰ ਹੈਗਾ ਤਾਂ ਤੁਸੀਂ ਉਹਦੇ ਬਾਰੇ ਸਵਾਲ ਜਿਹੜਾ ਹੈਗਾ ਟੀਵੀ 'ਤੇ ਜ਼ਰੂਰ ਪੁੱਛ ਸਕਦੇ ਹੈਗੇ ਹੋ, ਤਾਂ ਇੰਨੀ ਬੇਨਤੀ ਹੈਗੀ ਤੁਹਾਡੀ ਜੀ। ਥੈਂਕ ਯੂ। ਮੇਰਾ ਖਿਆਲ ਹੈ ਕਾਲ ਡਰੋਪ ਹੋ ਗਈ ਹੈ ਤੇ ਅਸੀਂ ਗੱਲ ਕਰ ਰਹੇ ਹੈਗੇ ਹਾਂ ਜਿਹੜੀ ਆਇਰਨ, ਐਪਲ ਵਿੱਚ ਕਹਿੰਦੇ ਆਇਰਨ ਜ਼ਿਆਦਾ ਹੁੰਦਾ, ਐਪਲ 'ਚ ਵੀ ਹੁੰਦਾ, ਪੋਟੇਟੋ 'ਚ ਵੀ ਹੁੰਦਾ, ਬਟ ਉਨੀ ਕੁਆਂਟਿਟੀ ਨਹੀਂ ਹੁੰਦੀ ਕਿ ਉਹ ਪੂਰਾ ਤੁਹਾਡੀ ਰਿਕੁਆਇਰਮੈਂਟ ਮੀਟ ਕਰ ਸਕੇ, ਬਟ ਨੋਰਮਲ ਫੂਡ ਤੋਂ ਡੈਫੀਨੇਟਲੀ ਹਾਂ ਜ਼ਿਆਦਾ ਹੁੰਦਾ। ਉਹ ਬੇਸਿਕਲੀ ਅਸੀਂ ਕਹਿੰਦੇ ਜਿਹੜਾ ਵੀ ਚੀਜ਼ ਕੱਟੋ ਅਗਰ ਉਹ ਕਾਲੀ ਹੋ ਜਾਏ ਦੈਟ ਮੀਨਸ ਉਸ 'ਚ ਆਇਰਨ ਹੈਗੀ ਹੈ, ਰਾਈਟ, ਆਕਸੀਡਾਈਜ਼ ਹੋ ਜਾਂਦਾ ਹੈ। ਸੇ ਆਲੂ ਹੋ ਗਿਆ, ਬਨਾਨਾ ਹੋ ਗਿਆ, ਐਪਲ ਹੋ ਗਿਆ, ਬਟ ਅਗੇਨ ਇਟਸ ਅ ਮਿਨੀਮਲ ਕੁਆਂਟਿਟੀ ਜੀ। ਬਹੁਤ ਹੀ ਜ਼ਿਆਦਾ ਕਾਲ ਆ ਰਹੇ ਨੇ ਮੇਰੇ ਖਿਆਲ, ਤੇ ਇੱਕ ਹੋਰ ਕਾਲ ਲੈਂਦੇ ਹੈਗੇ ਜੀ। ਕੌਣ ਬੋਲ ਰਹੇ ਜੀ? ਜੀ ਮੈਂ ਸੋਰੀ ਜੀ, ਮੈਂ ਦਿਲਬਖਸ਼ ਫੇਰ ਦੁਬਾਰਾ ਬੋਲ ਰਹੀ ਹਾਂ ਕਿ ਸਾਨੂੰ ਕਲੀਨਿਕ ਦਾ ਐਡਰੈਸ ਦੇ ਦਿਓ ਜੇ ਨਹੀਂ ਫੋਨ ਦੇਣਾ ਤਾਂ। ਨਹੀਂ 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 ਗੁਰਬਖਸ਼ ਜੀ, ਜਿਵੇਂ ਮੈਂ ਕਿਹਾ ਹੈਗਾ ਅਸੀਂ ਇੱਥੇ ਟੈਲੀਵਿਜ਼ਨ ਸ਼ੋਅ ਜਿਹੜਾ ਹੈਗਾ ਆਪਾਂ ਤੁਹਾਡੀ ਜਾਣਕਾਰੀ ਵਾਸਤੇ ਟੈਲੀਵਿਜ਼ਨ ਵਾਸਤੇ ਕਰ ਰਹੇ ਹੈਗੇ ਹਾਂ। ਜੇ ਕਰ ਰਹੇ ਜੀ ਇਸੇ ਕਰਕੇ ਤੁਹਾਡੀ ਲੋੜ ਆ। ਨਹੀਂ ਪਰ ਤੁਸੀਂ ਜਿਹੜੇ ਆਪਣੇ ਫੈਮਿਲੀ ਡਾਕਟਰ ਨੇ ਨਾ, ਤੁਸੀਂ ਉਹਨਾਂ ਨੂੰ ਜਾ ਕੇ ਕਹੋਗੇ ਇੰਨੀ ਜੀ ਬੇਨਤੀ ਹੈਗੀ ਹੈ, ਉਹ ਵੀ ਤੁਹਾਡਾ ਓਨਾ ਹੀ ਵਧੀਆ ਇਲਾਜ ਕਰਨਗੇ ਜਿੰਨਾ ਮੈਂ ਜਾਂ ਡਾਕਟਰ ਕੋਹਲੀ ਕਰ ਸਕਦੇ ਨੇ। ਸਾਰੇ ਡਾਕਟਰ ਇੱਥੇ ਇੱਕੋ ਜਿਹਾ ਹੀ ਇਲਾਜ ਕਰਦੇ ਨੇ। ਇਹ ਤਾਂ ਆਪਾਂ ਟੈਲੀਵਿਜ਼ਨ ਸ਼ੋਅ ਜਿਹੜਾ ਹੈਗਾ ਇਸ ਕਰਕੇ ਕਰਦੇ ਹਾਂ ਤਾਂ ਕਿ ਲੋਕਾਂ ਵਿੱਚ ਥੋੜ੍ਹੀ ਜਾਣਕਾਰੀ ਆਵੇ। ਕਈ ਵਾਰੀ ਜਦੋਂ ਕਲੀਨਿਕ ਵਿੱਚ ਹੁੰਦੇ ਨੇ ਆਪਣੇ ਡਾਕਟਰ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਸਾਰਾ ਕੁਝ ਤੁਹਾਨੂੰ ਸਮਝਾਉਣ ਦਾ, ਇਸ ਲਈ ਆਪਾਂ ਇਹ ਸ਼ੋਅ ਕਰ ਰਹੇ ਹੈਗੇ ਹਾਂ। ਤਾਂ ਤੁਹਾਨੂੰ ਇੰਨੀ ਬੇਨਤੀ ਹੈਗੀ ਹੈ ਕਿ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਜ਼ਰੂਰ ਇਹਦੇ ਬਾਰੇ ਕਹਿਣਾ ਹੈਗਾ ਜੇ ਤੁਹਾਨੂੰ ਪ੍ਰੋਬਲਮ ਹੈਗੀ ਹੈ ਜੀ। ਥੈਂਕ ਯੂ ਜੀ। ਓਕੇ ਹਾਂਜੀ ਹਰਪ੍ਰੀਤ, ਐਟ ਦ ਸੇਮ ਟਾਈਮ ਮੈਂ ਇੱਕ ਚੀਜ਼ ਨੂੰ ਫੋਕਸ ਕਰਨਾ ਚਾਹਾਂਗੀ ਕਿ ਆਇਰਨ ਅਗਰ ਅਸੀਂ ਥੈਰੇਪੀ ਦਿੰਦੇ ਵੀ ਹੈ, ਲਾਈਕ ਟੈਬਲੇਟਸ ਲੈਂਦੇ ਵੀ ਹੈ, ਤਾਂ ਮੈਜੋਰਿਟੀ ਟਾਈਮਸ ਹੁੰਦਾ ਕੀ ਹੈ ਕਿ ਅਸੀਂ ਜਦ ਲਿਖ ਕੇ ਦਿੰਦੇ ਹਾਂ ਅਸੀਂ 2 ਜਾਂ 3 ਮਹੀਨੇ ਦੀ ਟੈਬਲੇਟਸ ਲਿਖ ਕੇ ਦਿੰਦੇ ਹਾਂ, ਐਂਡ ਕਦੀ ਕਦਾਈ ਕੀ ਹੁੰਦਾ ਪੇਸ਼ੈਂਟ 3 ਮਹੀਨੇ ਤਾਂ ਲੈ ਲੈਂਦਾ ਪਰ ਉਸ ਤੋਂ ਬਾਅਦ ਵਾਪਸ ਫੋਲੋ ਅਪ ਕਰਨ ਵਾਸਤੇ ਨਹੀਂ ਆਉਂਦਾ। ਆਇਰਨ ਬਹੁਤ ਸਲੋਲੀ ਅਬਜ਼ੋਰਬ ਹੁੰਦਾ ਸਰੀਰ 'ਚ ਅਤੇ ਇਟ ਟੇਕਸ ਅ ਲੌਂਗ ਟਾਈਮ ਤੁਹਾਡਾ ਲੈਵਲ ਵਧਣ ਵਾਸਤੇ। ਅਤੇ ਮੈਂ ਬਸ ਸਭ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਅਗਰ ਉਹਨਾਂ ਨੂੰ ਆਇਰਨ ਦੀ ਕਮੀ ਹੈ, ਉਹ ਡਾਕਟਰ ਨੇ ਉਹਨਾਂ ਨੂੰ ਪ੍ਰਿਸਕ੍ਰਾਈਬ ਦਿੱਤੀ ਹੈ, ਅਤੇ ਮੈਜੋਰਿਟੀ ਟਾਈਮ 6 to 12 months ਲੱਗਦੇ ਹੈ ਤੁਹਾਡਾ ਲੈਵਲ ਉੱਤੇ ਆਉਂਦੇ ਆਉਂਦੇ, ਅਤੇ ਤੁਸੀਂ ਪਲੀਜ਼ ਲੈਣਾ ਨਾ ਛੱਡੋ, ਆਪਣੇ ਡਾਕਟਰ ਨਾਲ ਰੈਗੂਲਰ ਫੋਲੋ ਅਪ ਕਰੋ ਅਤੇ ਬਲੱਡ ਟੈਸਟ ਕਰਕੇ ਮੇਕ ਸ਼ੋਰ ਕਰਾਓ ਕਿ ਤੁਹਾਡਾ ਲੈਵਲ ਡਿਜ਼ਾਇਰਡ ਲੈਵਲ 'ਤੇ ਆ ਗਿਆ ਹੈ। ਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਬਚਪਨ 'ਚ ਜੇ ਦੁੱਧ ਜ਼ਿਆਦਾ ਪਿਆਇਆ ਜਾਵੇ ਤਾਂ ਵੀ ਆਇਰਨ ਜਿਹੜਾ ਹੁੰਦਾ ਘੱਟ ਜਾਂਦਾ ਹੈਗਾ, ਅਤੇ ਯੂਥ ਵਿੱਚ ਜਿਹੜੇ ਆਪਣੇ ਬੱਚੇ ਜਵਾਕ ਹੁੰਦੇ ਨੇ ਉਹਨਾਂ ਦੀ ਵੀ ਗੱਲ ਕਰੀਏ ਤਾਂ ਮੇ ਬੀ ਫਾਸਟ ਫੂਡ ਵਗੈਰਾ ਜ਼ਿਆਦਾ ਖਾਂਦੇ ਨੇ ਅਤੇ ਉਹਨਾਂ 'ਚ ਆਇਰਨ ਵਗੈਰਾ ਘੱਟ ਹੁੰਦਾ। ਐਗਜੈਕਟਲੀ ਘੱਟ ਹੁੰਦਾ, ਜਦੋਂ ਅਸੀਂ ਡਿਸਕਸ ਕੀਤਾ ਹਰੀ ਸਬਜ਼ੀਆਂ 'ਚ ਸਭ ਤੋਂ ਜ਼ਿਆਦਾ ਆਇਰਨ ਹੈ, ਕੁਝ ਫਰੂਟਸ ਅਸੀਂ ਡਿਸਕਸ ਕਰੇ, ਡਰਾਈ ਫਰੂਟਸ ਕਰੇ, ਅਗਰ ਇਹ ਸਾਰੇ ਤੁਸੀਂ ਬੈਲੈਂਸਡ ਮੀਲ ਖਾਓਗੇ ਤਾਂ ਤੁਹਾਡਾ ਲੈਵਲ ਉੱਤੇ ਹੀ ਰਹੇਗਾ। ਕਾਲ ਹੋਰ ਆ ਰਹੇ ਨੇ ਜੀ, ਮੈਂ ਇੱਕ ਹੋਰ ਕਾਲ ਲੈਂਦਾ ਹੈਗਾ। ਹਾਂਜੀ ਸਵਾਗਤ ਹੈ ਜੀ ਯੋਰ ਹੈਲਥ ਸ਼ੋਅ ਵਿੱਚ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਹਿੰਦਰ ਸਿੰਘ ਹੈ। ਸਤਿ ਸ਼੍ਰੀ ਅਕਾਲ ਮਹਿੰਦਰ ਸਿੰਘ ਜੀ, ਜਿਹੜੀ ਮੈਜ਼ਰਮੈਂਟ ਕਿੰਨੀ ਹੋਣੀ ਚਾਹੀਦੀ ਹੈ ਮਿਨੀਮਮ ਮੈਕਸੀਮਮ? ਸਹੀ ਗੱਲ ਹੈ ਜੀ, ਆਇਰਨ ਆਪਾਂ ਹੀਮੋਗਲੋਬਿਨ ਦੀ ਗੱਲ ਕੀਤੀ ਸੀਗੀ ਤੇ ਆਪਾਂ ਟੈਲੀਵਿਜ਼ਨ ਤੇ ਇਹਦਾ ਜਵਾਬ ਸੁਣਿਆ ਜੀ। ਬਹੁਤ ਵਧੀਆ ਸਵਾਲ ਹੈਗਾ ਜੀ ਮਹਿੰਦਰ ਸਿੰਘ ਜੀ, ਤਾਂ ਥੈਂਕ ਯੂ ਤੁਹਾਡਾ। ਆਇਰਨ ਦੀ ਜਿਹੜੀ ਮੈਜ਼ਰਮੈਂਟ ਹੈਗੀ ਹੈ, ਆਪਾਂ ਹੀਮੋਗਲੋਬਿਨ ਦੀ ਤਾਂ ਗੱਲ ਕਰ ਲਈ ਸੀ, ਆਇਰਨ ਦੀ ਕਿੰਨੀ ਹੋਣੀ ਚਾਹੀਦੀ ਹੈਗੀ ਹੈ ਮੈਜ਼ਰਮੈਂਟ? ਹੁੰਦਾ ਕੀ ਹੈ ਕਿ ਇੱਥੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਡਾਇਗਨੋਸ ਕਰਦੇ ਹਾਂ ਅਸੀਂ ਫੈਰੇਟਿਨ ਦੇ ਉੱਤੇ ਜਾਂਦੇ ਹਾਂ, ਰਾਈਟ, ਕਿਉਂਕਿ ਇਟਸ ਦ ਚੀਪੈਸਟ ਐਂਡ ਇਟਸ ਦ ਮੋਸਟ ਰਿਲਾਇਬਲ ਟੈਸਟ ਦੈਟ ਇਜ਼ ਅਵੇਲੇਬਲ ਕੈਨੇਡਾ 'ਚ ਇੱਥੇ। ਅਤੇ ਹੁੰਦਾ ਕੀ ਹੈ ਕਿ ਨੋਰਮਲ ਜਿਹੜਾ ਲੈਵਲ ਹੋਣਾ ਚਾਹੀਦਾ ਹੈ ਫੈਰੇਟਿਨ ਦਾ, ਉਹ ਅਸੀਂ ਕਹਿੰਦੇ ਹਾਂ 60 to 70 ਇਜ਼ ਅ ਵੈਰੀ ਗੁੱਡ ਰੇਂਜ ਟੂ ਹੈਵ। ਜਿਹੜਾ 60 to 40 ਤੱਕ ਹੁੰਦੇ ਅਤੇ ਮਾਈਲਡ ਅਨੀਮੀਆ ਕਹਿੰਦੇ ਉਹਨਾਂ ਨੂੰ, ਉਹਨੂੰ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਬਟ ਖੂਨ ਦੀ ਕਮੀ ਹਲੇ ਨਹੀਂ ਹੁੰਦੀ। 20 to 40 ਤੱਕ ਲੈ ਕੇ ਅਗਰ ਤਾਂ ਪ੍ਰੈਗਨੈਂਸੀ ਹੈ ਦੈਨ ਡੈਫੀਨੇਟਲੀ ਅਸੀਂ ਰਿਪਲੇਸ ਕਰਦੇ ਹਾਂ, ਫੈਰੇਟਿਨ ਦੀ ਗੱਲ ਕਰ ਰਹੀ ਹਾਂ ਮੈਂ, ਔਰ ਉਸ ਤੋਂ ਥੱਲੇ ਅਸੀਂ ਕਹਿੰਦੇ ਕਿ ਤੁਹਾਨੂੰ ਸਿਵੀਅਰ ਅਨੀਮੀਆ ਹੈਗੀ ਤਾਂ ਤਾਂ ਟੈਬਲ ਲੈਣਾ ਹੀ ਲੈਣਾ। ਮਤਲਬ ਕਿ ਆਇਰਨ ਦੇ ਅਲੱਗ ਅਲੱਗ ਟੈਸਟ ਹੁੰਦੇ ਨੇ, ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਹੁੰਦਾ ਉਹਨੂੰ ਕਹਿੰਦੇ ਫੈਰੇਟਿਨ ਕਹਿੰਦੇ ਹੈਗੇ ਨੇ, ਅਤੇ ਉਹਦੇ ਲੈਵਲ ਦੇ ਹਿਸਾਬ ਨਾਲ ਡਿਸਾਈਡ ਕਰਦੇ ਨੇ ਕਿ ਆਇਰਨ ਘੱਟ ਹੈਗਾ, ਅਤੇ ਉਹਦੇ ਨਾਲ ਨਾਲ ਹੀਮੋਗਲੋਬਿਨ ਵੀ ਚੈੱਕ ਕਰਦੇ ਨੇ ਕਿ ਉਹਦੀ ਵਜ੍ਹਾ ਹੋਰ ਕੋਈ ਤਾਂ ਨਹੀਂ ਹੈਗੀ ਹੈ। ਇੱਕ ਹੋਰ ਕਾਲ ਹੈਗੀ ਹੈ, ਉਹਨਾਂ ਨੂੰ ਲੈ ਲੈਂਦੇ ਹੈਗੇ ਜੀ। ਹਾਂਜੀ ਸਵਾਗਤ ਹੈ ਜੀ, ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਔਨ ਦ ਲਾਈਨ, ਔਨ ਦ ਏਅਰ ਹੈਗੇ ਜੀ, ਜੇ ਮੈਨੂੰ ਸੁਣ ਸਕਦੇ ਹੋ ਫੋਨ ਤੇ। ਹੈਲੋ, ਹਾਂਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਕੀਮਤੀ ਲਾਲ ਸ਼ਰਮਾ ਜੀ, ਪੰਜਾਬ ਸਾਹਿਬ ਮੈਂ ਤੁਹਾਡਾ ਪੇਸ਼ੈਂਟ ਹਾਂ ਜੀ। ਹਾਂਜੀ ਹਾਂਜੀ, ਕੀਮਤੀ ਲਾਲ ਜੀ ਕੀ ਹਾਲ ਹੈ ਜੀ ਤੁਹਾਡਾ?
ਅੱਧਾ ਘੰਟਾ ਲਗਾ ਰਿਹਾ ਸੀ ਪਰ ਲੱਗਦੀ ਸੀ ਅਸੀਂ ਹੁਣ ਲੱਗਾ ਜੀ। ਸੋਰੀ ਜੀ ਸੋਰੀ, ਬਹੁਤ ਕਾਫੀ ਮੇਰੇ ਖਿਆਲ ਨਾਲ ਇੰਟਰਸਟਿੰਗ ਟੌਪਿਕ ਹੈਗਾ, ਕਾਫੀ ਫੋਨ ਆ ਰਹੇ ਸੀਗੇ। ਦੱਸੋ ਤੁਹਾਡਾ ਕੋਈ ਸਵਾਲ ਹੈਗਾ ਜੀ ਕੀਮਤੀ ਲਾਲ ਜੀ? ਬਹੁਤ ਬਿਜੀ ਆ ਰਿਹਾ ਜੀ, ਕੈਲਡਨ ਤੋਂ ਰਹਿੰਦੇ ਜੀ, ਕੈਲਡਨ ਫਾਰਮ ਹਾਊਸ ਉੱਤੇ ਦੇਖ ਰਿਹਾ ਜੀ ਮੈਂ। ਬਹੁਤ ਵਧੀਆ ਜੀ, ਆਇਰਨ ਕਮੀ ਹੈਗੀ ਹੈ, ਹੀਮੋਗਲੋਬਿਨ ਦੀ ਕਮੀ ਹੈਗੀ? ਸਰ ਜੀ ਮੇਰੀ ਆਇਰਨ ਦੀ ਕਮੀ ਕਰਕੇ ਮੈਨੂੰ ਡਾਕਟਰ ਆਇਰਨ ਜ਼ਰੂਰੀ ਰਾਤ ਨੂੰ ਜੀ। ਬਿਲਕੁਲ ਸਹੀ ਗੱਲ ਹੈ ਜੀ। ਤੇ ਕੀਮਤੀ ਲਾਲ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਡਨੀ ਦੀ ਵੀ ਪ੍ਰੋਬਲਮ ਹੈਗੀ ਆ, ਸੋ ਕਿਡਨੀ ਦੇ ਨਾਲ ਕਿਵੇਂ ਰਿਲੇਟਡ ਹੈਗਾ ਆਇਰਨ ਜਿਹੜੀ ਕਮੀ ਹੁੰਦੀ ਹੈਗੀ ਆ, ਉਹ ਕਿਵੇਂ ਰਿਲੇਟਡ ਹੈਗਾ? ਹੁੰਦਾ ਕੀ ਹੈ ਕਿ ਜਿਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਨਾਲ ਇੱਕ ਚੀਜ਼ ਸਿਕਰੀਟ ਹੁੰਦੀ ਹੈ ਕਿਡਨੀ ਤੋਂ ਜਿਹਦੇ ਨਾਲ ਬਲੱਡ ਦਾ ਸਟਿਮੂਲਸ ਬਣਦਾ ਬਣਨ ਦਾ, ਅਤੇ ਅਗਰ ਉਹ ਘੱਟ ਹੋ ਜਾਏ ਤਾਂ ਧੀਰੇ ਧੀਰੇ ਬਲੱਡ ਬਣਨਾ ਘੱਟ ਹੋ ਜਾਂਦਾ ਹੈ, ਨਾਲੇ ਆਇਰਨ ਇਜ਼ ਲਾਈਕ ਉਹਦੀ ਐਬਜ਼ੋਰਪਸ਼ਨ ਵੀ ਘੱਟ ਹੋ ਜਾਂਦੀ ਹੈ, ਤਾਂ ਹੀ ਕਰਕੇ ਖੂਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਲੋਕਾਂ ਨੂੰ। ਅਤੇ ਅਸੀਂ ਡੈਫੀਨੇਟਲੀ ਆਇਰਨ ਦਿੰਦੇ ਹਾਂ, ਨਾਲੇ ਅਗਰ ਉਹ ਲੋਕ ਹੀਮੋਡਾਇਲਿਸਿਸ ਕਰਾ ਰਹੇ ਹੋ, ਜਿੱਦਾਂ ਅਸੀਂ ਕਹਿੰਦੇ ਕਿ ਐਕਸਚੇਂਜ ਟ੍ਰਾਂਸਫਿਊਜ਼ਨ ਹੁੰਦੀ ਹੈ, ਉਹਦੇ ਨਾਲ ਕੀ ਹੁੰਦਾ ਕਿ ਐਵਰੀ ਈਅਰ ਐਟਲੀਸਟ 2 ਗ੍ਰਾਮ ਆਇਰਨ ਦਾ ਲੋਸ ਹੋ ਜਾਂਦਾ ਹੈ, ਤਾਂ ਹੀ ਕਰਕੇ ਕਿਡਨੀ ਪੇਸ਼ੈਂਟਸ 'ਚ ਆਇਰਨ ਦੀ ਕਮੀ ਨੋਰਮਲ ਲੋਕਾਂ ਤੋਂ ਜ਼ਿਆਦਾ ਦੇਖੀ ਗਈ ਹੈ। ਜੀ ਬਿਲਕੁਲ, ਐਂਡ ਬਹੁਤ ਹੀ ਅੱਛਾ ਤੁਸੀਂ ਦੱਸ ਰਹੇ ਹੈਗੇ ਹੋ। ਇੱਕ ਹੋਰ ਮੈਂ ਸਵਾਲ ਮੈਂ ਵੀ ਆਖੀਰ 'ਚ ਪੁੱਛਣਾ ਚਾਹਾਂਗਾ ਜੀ। ਸੋ ਆਪਾਂ ਆਇਰਨ ਦੀ ਗੱਲ ਕੀਤੀ ਹੈਗੀ ਹੈ, ਪਰ ਹੋਰ ਵੀ ਤਰ੍ਹਾਂ ਦੇ ਅਨੀਮੀਆ ਹੁੰਦੇ ਨੇ, ਸਪੈਸ਼ਲੀ ਜਦੋਂ ਏਜ ਵੱਧਦੀ ਹੈਗੀ ਹੈ, ਅਤੇ ਅਸੀਂ ਕਈ ਵਾਰੀ ਖਰਾਬ ਚੀਜ਼ ਕੈਂਸਰ ਜਿਵੇਂ ਦੀਆਂ ਚੀਜ਼ਾਂ ਵੀ ਅਨੀਮੀਆ ਪੈਦਾ ਕਰ ਸਕਦੀਆਂ ਨੇ, ਜਿਹਦੇ ਵਿੱਚ ਬਲੱਡ ਲੋਸ ਹੋ ਸਕਦਾ ਹੈ ਜਾਂ ਫਿਰ ਬਲੱਡ ਬਣਦਾ ਨਹੀਂ ਹੈਗਾ, ਇਹੋ ਜਿਹੇ ਕੈਂਸਰ ਹੋ ਸਕਦੇ ਨੇ, ਉਹਦੇ ਬਾਰੇ ਮੇ ਬੀ 1-2 ਮਿੰਟਾਂ 'ਚ ਆਪਾਂ ਜਾਣਕਾਰੀ ਦੇ ਦਈਏ। ਖੂਨ ਦੀ ਕਮੀ ਅਗਰ ਦੇਖੀ ਜਾਏ ਤਾਂ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਲੰਬੀ ਬਿਮਾਰੀ ਹੋਏ, ਜਿਸ ਤਰ੍ਹਾਂ ਰੂਮਟੋਇਡ ਆਰਥਰਾਈਟਿਸ ਹੁੰਦੀ ਹੈ, ਇਨਫੈਕਟ ਡਾਇਬਟੀਜ਼ ਵੀ ਲੰਬੇ ਸਮੇਂ ਤੱਕ ਚੱਲ ਰਹੀ ਹੋ, ਉਹਦੇ ਨਾਲ ਵੀ ਖੂਨ ਦੀ ਕਮੀ ਹੋ ਜਾਂਦੀ ਹੈ, ਹਾਰਟ ਦੀ ਪ੍ਰੋਬਲਮ ਹੋਏ ਉਹਦੇ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ, ਸੀਰੀਅਸ ਬਿਮਾਰੀਆਂ ਦੀ ਗੱਲ ਕਰੀਏ ਤਾਂ ਕੈਂਸਰ ਦੇ ਨਾਲ ਕਾਫੀ ਫਰਕ ਪੈਂਦਾ, ਕਿਉਂਕਿ ਉਹ ਨੋਰਮਲ ਸੈਲਸ ਨੂੰ ਬਣਨਾ ਰੋਕ ਕੇ ਕੈਂਸਰ ਦੇ ਸੈੱਲ ਬਣਾਉਣ ਸ਼ੁਰੂ ਕਰ ਲੈਂਦਾ, ਤਾਂ ਕਰਕੇ ਖੂਨ ਦੀ ਕਮੀ ਹੋ ਜਾਂਦੀ ਹੈ। ਤੁਹਾਨੂੰ ਕੈਂਸਰ ਹੋਏ, ਤੁਸੀਂ ਕੈਂਸਰ ਦੀ ਟ੍ਰੀਟਮੈਂਟ ਲੈ ਰਹੇ ਹੋ, ਕੀਮੋਥੈਰੇਪੀ, ਰੇਡੀਓਥੈਰੇਪੀ, ਕੁਛ ਵੀ ਲੈ ਰਹੇ ਹੋ, ਉਸਦੇ ਨਾਲ ਵੀ ਆਇਰਨ ਲਾਈਕ ਖੂਨ ਦੀ ਕਮੀ ਹੋ ਸਕਦੀ ਹੈ, ਨੋਟ ਆਇਰਨ ਬਟ ਜਨਰਲ ਖੂਨ ਦੀ ਕਮੀ ਹੋ ਜਾਂਦੀ ਹੈ ਉਹਨਾਂ ਦੇ ਨਾਲ। ਅਗਰ ਪੇਟ ਦਾ ਕੈਂਸਰ ਹੋਏ, ਉਹਦੇ ਨਾਲ ਥੋੜ੍ਹਾ ਥੋੜ੍ਹਾ ਬਲੱਡ ਲੋਸ ਹੁੰਦਾ ਰਹਿੰਦਾ, ਤਾਂ ਕਰਕੇ ਖੂਨ ਦੀ ਕਮੀ ਹੋ ਜਾਂਦੀ ਹੈ ਸਰੀਰ 'ਚ। ਬਹੁਤ ਸਾਰੀਆਂ ਗੱਲਾਂ ਨੇ ਜੀ ਕਰਨ ਵਾਲੀਆਂ, ਟਾਈਮ ਹੋ ਗਿਆ ਹੈਗਾ, ਕਾਲ ਵੀ ਆ ਰਹੇ ਨੇ, ਅਸੀਂ ਕਾਲ ਟੈਲੀਵਿਜ਼ਨ ਸ਼ੋਅ ਤੋਂ ਬਾਅਦ ਵੀ ਤੁਹਾਡੇ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਵਾਸਤੇ ਅਸੀਂ ਹਾਜ਼ਰ ਹੈਗੇ ਹਾਂ ਇੱਥੇ ਐਵਰੀ ਮੰਡੇ, ਯੋਰ ਹੈਲਥ ਸ਼ੋਅ ਦੇਖਦੇ ਰਹੋ, 7:45 ਤੋਂ 8 ਵਜੇ ਤੱਕ ਅਸੀਂ ਗੱਲ ਕਰਦੇ ਹੈਗੇ ਹਾਂ ਕੋਈ ਨਿਊਜ਼ ਦੀ, ਹੈਲਥ ਨਿਊਜ਼ ਦੀ 8 ਤੋਂ 8:30 ਗੱਲ ਕਰਦੇ ਹੈਗੇ ਹਾਂ ਐਵਰੀ ਮੰਡੇ ਇੱਕ ਹੈਲਥ ਦੇ ਟੋਪਿਕ ਦੀ। ਅਤੇ ਇਹ ਜਿਹੜੇ ਸ਼ੋਅ ਆਉਂਦੇ ਨੇ ਇਹ ਰਿਪੀਟ ਵੀ ਹੁੰਦੇ ਨੇ, ਰਿਪੀਟ ਟੈਲੀਕਾਸਟ ਐਵਰੀ ਮੋਰਨਿੰਗ ਹਰ ਸਵੇਰੇ 8:30 ਚੈਨਲ ਵਾਈ 'ਤੇ ਹੁੰਦੀ ਹੈਗੀ ਹੈ, ਅਤੇ ਤੁਸੀਂ ਦੇਖ ਸਕਦੇ ਹੈਗੇ ਜੀ। ਅਗਲੇ ਹਫਤੇ ਦਾ ਜਿਹੜਾ ਸ਼ੋਅ ਹੈਗਾ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈਗਾ, ਅਗਲੇ ਹਫਤੇ ਗਗਨ ਜੀ ਹੋਣਗੇ ਹੋਸਟ, ਅਤੇ ਗੈਸਟ ਜਿਹੜੇ ਹੋਣਗੇ ਉਹ ਹੋਣਗੇ ਫਾਰਮਾਸਿਸਟ ਹੋਣਗੇ, ਜਿਹੜਾ ਸਟੋਪ ਡਾਇਬੀਟੀਜ਼ ਫਾਊਂਡੇਸ਼ਨ ਦਾ ਫਾਰਮੇਸੀ ਇਨੀਸ਼ੀਏਟਿਵ ਹੈਗਾ, ਜਿਹਦੇ ਵਿੱਚ 100 ਤੋਂ ਵੀ ਜ਼ਿਆਦਾ ਅਪੀਲ ਰੀਜਨ ਦੀਆਂ ਫਾਰਮੇਸੀਜ਼ ਭਾਗ ਲੈ ਰਹੀਆਂ ਨੇ, ਫ੍ਰੀ ਇਨੀਸ਼ੀਏਟਿਵ ਹੈਗਾ, ਕੈਂਪੇਨ ਹੈਗਾ ਤੁਹਾਡੀ ਸੇਵਾ ਵਾਸਤੇ, ਉਹਦੇ ਬਾਰੇ ਆਪਾਂ ਜਾਣਕਾਰੀ ਕਰਾਂਗੇ, ਅਤੇ ਤੁਸੀਂ ਜ਼ਰੂਰ ਉਹਦੇ ਨਾਲ ਵੀ ਜੁੜਨਾ ਹੈਗਾ। ਮੈਨੂੰ ਦਿਓ ਇੱਥੇ ਹੀ ਇਜਾਜ਼ਤ, ਅਤੇ ਤੁਹਾਡਾ ਜੇ ਫੋਨ ਕਾਲ ਆ ਰਿਹਾ ਹੈਗਾ ਤਾਂ ਮੈਂ ਜ਼ਰੂਰ ਟੈਲੀਵਿਜ਼ਨ ਬੰਦ ਹੋਣ ਤੋਂ ਬਾਅਦ ਆਪਾਂ ਜ਼ਰੂਰ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ, ਐਂਡ ਮਿਲਦੇ ਹਾਂ ਫਿਰ 1-2 ਹਫ਼ਤਿਆਂ ਤੋਂ ਬਾਅਦ। ਮੈਂ ਡਾਕਟਰ ਬਜਾਜ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਯੋਰ ਹੈਲਥ। ਮੈਂ ਵਾਅਦਾ ਕਰਤਾ ਹੂੰ ਕਿ ਯੋਰ ਹੈਲਥ ਸ਼ੋਅ ਮੈਂ ਸੱਚ ਕਹੂੰਗਾ ਔਰ ਸੱਚ ਕੇ ਸਿਵਾ ਕੁਛ ਨਹੀਂ ਕਹੂੰਗਾ। ਮੈਂ ਬਲਬੀਰ ਸੋਈ, ਰਜਿਸਟਰਡ ਡੈਂਟਲ ਹਾਈਜੈਨਿਸਟ, ਯੋਰ ਹੈਲਥ ਸ਼ੋਅ ਵਿੱਚ ਡਾਕਟਰ ਬਜਾਜ ਦਾ ਸਾਥ ਦਿਆਂਗੀ। ਸੱਚ ਜੋ ਆਪਕੀ ਸਿਹਤ ਕੋ ਬਰਕਰਾਰ ਰੱਖੇ। ਮੈਂ ਗਗਨ, ਰਜਿਸਟਰਡ ਨਰਸ, ਅਮਨ ਰਜਿਸਟਰਡ ਡਾਇਟੀਸ਼ੀਅਨ, ਰਚਨਾ ਰਜਿਸਟਰਡ ਨਰਸ, ਯੋਰ ਹੈਲਥ ਟੀਵੀ ਸ਼ੋਅ ਦੇ ਵਿੱਚ ਤੁਹਾਡੀਆਂ ਸਿਹਤ ਅਤੇ ਖੁਰਾਕ ਸੰਬੰਧੀ ਗਲਤਫਹਿਮੀਆਂ ਨੂੰ ਦੂਰ ਕਰਾਂਗੇ। ਡੋਨਟ ਮਿਸ ਯੋਰ ਹੈਲਥ ਓਨਲੀ ਔਨ ਚੈਨਲ Y। Channel Y, a South Asian Canadian channel. Call Rogers or Bell today and subscribe to Channel Y. Channel Y. For more information, visit southasiadaily.com.
You are watching Channel Y, a South Asian Canadian channel.